ਗਲੂਕੋਜ਼ ਕਨਵਰਟ ਹੋ ਜਾਂਦਾ ਤੁਸੀਂ ਇੱਕ ਪਾਸੇ ਚੀਨੀ ਖਾ ਲਓ ਇੱਕ ਪਾਸੇ ਦੋ ਫੁਲਕੇ ਖਾ ਲਓ ਜਿਹੜੇ ਦੋ ਫੁਲਕੇ ਖਾਣ ਕੇ ਕਰਕੇ ਤੇ ਉਹਨਾਂ 'ਚ ਗਲੂਕੋਜ਼ ਜ਼ਿਆਦਾ ਵਧੂਗੀ ਡਾਇਬਟੀਜ਼ ਜ਼ਿਆਦਾ ਹੋਊਗੀ ਬਗੈਰ ਉਹ ਚੀਨੀ ਦੇ ਕਿਉਂਕਿ ਇਹਨਾਂ 'ਚ ਜਿਹੜਾ ਮੈਂ ਬਹੁਤਾ ਹੁਣ ਡਿਟੇਲ 'ਚ ਨਹੀਂ ਜਾਵਾਂਗਾ ਇਹਨਾਂ 'ਚ ਜਿਹੜਾ ਅਮਾਈਲੋਬੈਕਟਰ ਕਹਿੰਦੇ ਆ ਇੱਕ ਤਾਂ ਏ ਕਿਸਮ ਇਹ ਸਭ ਤੋਂ ਟੋਪ 'ਤੇ ਆ ਇਹ ਕਣਕ 'ਚ ਹੀ ਪਾਈ ਜਾਂਦੀ ਔਰ ਕਿਸੇ ਵੀ ਚੀਜ਼ਾਂ ਫਲ ਸਬਜ਼ੀਆਂ ਵਿੱਚ ਜਾਂ ਆਪਣੇ ਦਾਲਾਂ ਵਿੱਚ ਕਿਤੇ ਵੀ ਪਾਈ ਜਾਂਦੀ ਸੋ ਕਿਸੇ 'ਚ ਮੋਸਟ ਡੇਂਜਰਸ ਜਿਹੜਾ ਕਾਰਬੋਹਾਈਡਰੇਟ ਆ ਕਣਕ 'ਚ ਇੱਕ ਚੀਜ਼ ਆ ਤੁਹਾਨੂੰ ਅੱਜ ਤੱਕ ਨਹੀਂ ਪਤਾ ਹੋਣਾ ਵੀ ਆਪਣੇ ਕੈਨੇਡਾ ਅਮੈਰੀਕਾ ਦੇ ਵਿੱਚ ਇਹਦੇ 'ਤੇ ਰਾਊਂਡ ਅਪ ਦਵਾਈ ਦੀ ਵੀ ਸਪਰੇਅ ਕੀਤੀ ਜਾਂਦੀ ਹੈ ਕਿੰਨੇ ਕੁ ਲੋਕਾਂ ਨੂੰ ਪਤਾ ਕਹਿੰਦੇ ਰਹੇ ਯੂਨਾਈਟਸ ਜਿਹਨੂੰ ਪਤਾ ਵੀ ਸਪਰੇਅ ਤੋਂ ਪੁੱਛਦਾ ਹਾਂ ਦੋ ਕਿਉਂ ਕੀਤੀ ਜਾਂਦੀ ਹੈ ਤਾਂ ਕਿ ਇਹਨਾਂ ਦੀ ਯੂਨੀਫਾਰਮ ਰੱਦ ਨਹੀਂ ਹੋ ਜੇ ਤਾਂ ਉਹ ਕੱਟਣ ਦਾ ਸਫਾਈ ਆ ਜਾਂਦੀ ਹੈ ਅਤੇ ਉਹਦੇ ਨਾਲ ਵੀ ਲੋਕ ਸੋਚਦੇ ਆ ਵੀ ਸਾਡਾ ਡਿਜ਼ੀਜ਼ ਉੱਪਰਾ ਝਾੜ ਝੂੜ ਵੀ ਵੱਧ ਜਾਂਦਾ ਸੋ ਇਟ ਇਜ਼ ਅ ਵੈਰੀ ਵੈਰੀ ਬੈਡ ਪ੍ਰੈਕਟਿਸ ਰਾਊਂਡ ਆਫ ਡਬਲ ਦਵਾਈ ਜਿਹੜੀ ਜੋ ਕੰਮ ਫਾਈਟਿਕ ਐਸਿਡ ਕਰਦਾ ਸੀ ਉਹੀ ਕੰਮ ਇਹ ਕਰਦੀ ਹੈ ਰਾਊਂਡ ਆਫ ਦਵਾਈ ਦੀ ਜਿੱਥੇ ਵੀ ਸੋਇਲ 'ਤੇ ਸਪਰੇਅ ਹੋਊਗੀ ਜਿਹੜੇ ਸੋਇਲ ਦੇ ਵਿੱਚ ਪਏ ਆ ਜ਼ਮੀਨ ਦੇ ਵਿੱਚ ਪਏ ਮਿਨਰਲ ਵਿਟਾਮਿਨ ਜਿਹੜੇ ਹੈਗੇ ਆ ਮਿਨਰਲਸ ਮੋਸਟ ਠੀਕ ਕੈਲਸ਼ੀਅਮ ਮੈਗਨੀਸ਼ੀਅਮ ਵਗੈਰਾ ਉਹਨਾਂ ਨੂੰ ਵੀ ਬਾਈਂਡ ਕਰ ਲੈਂਦੀ ਉਹ ਵੀ ਨਹੀਂ ਨਿਕਲ ਦਿੰਦੀ ਔਰ ਜਿਹੜੇ ਦਾਣੇ 'ਚ ਆ ਜਾਂਦਾ ਜਿਹੜਾ ਰਾਊਂਡ ਆਫ ਵਾਲਾ ਜਿਹੜਾ ਅੰਸ਼ ਹੈ ਕਾਰਬੋਸਟੇਟ ਜਿਹੜੇ ਦਾਣੇ ਆ ਕਣਕ ਦੇ ਗ੍ਰੇਨ ਦੇ ਵਿੱਚ ਵੀ ਜਿਹੜੇ ਮਿਨਰਲਸ ਆ ਉਹਨਾਂ ਨੂੰ ਵੀ ਅਪਲੋਡੀ ਨਹੀਂ ਹੁੰਦੀ ਸੋ ਦਿਸ ਇਜ਼ ਅ ਵੈਰੀ ਵੈਰੀ ਡੇਂਜਰਸ ਪ੍ਰੈਕਟਿਸ ਜਿਹੜੀ ਸਾਡੇ ਇੱਥੇ ਹੋ ਦੂਸਰੀ ਗੱਲ ਆਪਾਂ ਵੀਟ ਵਾਲੇ ਮਿਲਕ ਬਾਰੇ ਥੋੜ੍ਹੇ ਦੱਸਤਾ ਵੀ ਥੋੜ੍ਹਾ ਜਿਹਾ ਵੀਜ਼ਾ ਨਾਟ ਪੋਲਿਸੀ ਹੈ ਨਾ ਹੁਣ ਤੁਸੀਂ ਕਰੋਸਟੀ ਹੋਵੋਗੇ ਵੀ ਦੋ ਚੀਜ਼ਾਂ ਬੰਦ ਕਰਾ ਦੇਣਾ ਤੁਹਾਨੂੰ ਅੱਗੇ ਤੁਹਾਨੂੰ ਇਹ ਵੀ ਤਾਂ ਦੱਸ ਦਿਓ ਵੀ ਕਿਹੜੀ ਚੀਜ਼ ਚੰਗੀ ਹੈ ਸੋ ਇੱਕ ਵਾਰੀ ਮੈਂ ਹੋਰ ਅੱਜ ਦੀ ਤੁਹਾਨੂੰ ਹੋਰ ਲੈਣਾ ਫਿਰ ਉਸ ਤੋਂ ਬਾਅਦ ਆਪਾਂ ਚੰਗੀਆਂ ਗੱਲਾਂ ਕਰਾਂਗੇ ਅਤੇ ਪਹਿਲਾਂ ਆਪਾਂ ਮਾੜੀ ਮਾੜੀ ਗੱਲਾਂ ਸਾਰੀਆਂ ਨਿਬੇੜ ਲਈਏ ਸੋ ਜੈਨੇਟਿਕਲੀ ਮੋਡੀਫਾਈਡ ਕਰੋਪਸ ਉਹ ਹੈ ਵੀ ਜਿਨ੍ਹਾਂ ਦੇ ਵਿੱਚ ਬੈਕਟੀਰੀਆ ਦੇ ਜੀਨ ਪਾ ਦਿੱਤੇ ਜਾਂਦੇ ਜਿਹੜੇ ਬੈਕਟੀਰੀਆ ਦੇ ਜੀਨ ਆ ਉਹ ਸਾਡੇ ਜਿਹੜੇ ਆਪਣੇ ਸਾਡੀ ਬੋਡੀ ਦੇ ਵਿੱਚ ਵੀ ਬਹੁਤ ਜ਼ਿਆਦਾ ਬੈਕਟੀਰੀਆ ਸਾਡੇ ਨਾਲ ਵੀ 10 ਗੁਣਾ ਜ਼ਿਆਦਾ ਜਿਵੇਂ ਸਾਡੇ ਬੋਡੀ 'ਚ ਸੈੱਲ ਹੈ ਟ੍ਰਿਲੀਅਨ ਸੈੱਲ ਸਾਡੇ ਬੋਡੀ 'ਚ ਤਾਂ ਇਹਨਾਂ ਦੇ ਤਾਂ 10 ਗੁਣਾ 10 ਟ੍ਰਿਲੀਅਨ ਸੈੱਲ ਸਾਡੇ ਜਿਹੜੇ ਉਹ ਬੈਕਟੀਰੀਆ ਅੰਦਰ ਸਾਡੇ ਵੱਸਦੇ ਆ ਉਹਨਾਂ ਬੈਕਟੀਰੀਆ ਦੇ ਵਿੱਚ ਜਿਹੜੇ ਅਸੀਂ ਜਿਹੜੇ ਕਹਿੰਦੇ ਨਾ ਜੀਐਮ ਫੂਡ ਬਣਾਉਂਦੇ ਕਨੋਲਾ ਜਾਂ ਸੋਇਆਬੀਨ ਕੋਰਨ ਵਗੈਰਾ ਉਹ ਜੀਨ ਉਹਨਾਂ 'ਚ ਕਨਵਰਟ ਹੋ ਜਾਂਦੇ ਦੇ ਬਿਕਮ ਦਾ ਬਰੀਡਿੰਗ ਗਰਾਊਂਡ ਅੱਗੇ ਟੌਕਸਿਕ ਪ੍ਰੋਡਿਊਸ ਕਰਦੇ ਸਾਰੀ ਉਮਰ ਜਿਹੜਾ ਬੰਦਾ ਇਹਨਾਂ ਚੀਜ਼ਾਂ ਤੋਂ ਚੁੱਕਦਾ ਸਾਰੀਆਂ ਚੀਜ਼ਾਂ ਇਹ ਜੀਐਮ ਫੂਡ ਬਾਰਬੀਕਿਊ ਜਿਹੜਾ ਮਾਈਕਰੋਵੇਵ ਅਸੀਂ ਘਰੇ ਬੜੇ ਸ਼ੌਕ ਨਾਲ ਕਰਦੇ ਹਾਂ ਬਾਰਬੀਕਿਊ ਪਾਰਟੀਆਂ ਕਰਦੇ ਹਾਂ ਸੋ ਦੀਜ਼ ਆਰ ਵੈਰੀ ਵੈਰੀ ਡੇਂਜਰਸ ਜਦੋਂ ਅਸੀਂ ਬਾਰਬੀਕਿਊ ਕਰਦੇ ਹਾਂ ਤਾਂ ਕੀ ਹੁੰਦਾ ਜਿਹੜੀ ਫੈਟ ਹੁੰਦੀ ਹੈ ਥੱਲੇ ਅਸੀਂ ਹੀਟ ਦਿੰਦੇ ਹਾਂ ਉੱਪਰਲੇ ਜਿਹੜਾ ਮੀਟ ਹੈ ਉਹਦੇ ਆਸ ਪਾਸੇ ਫੈਟ ਲੱਗਦੀ ਹੈ ਫੈਟ ਥੱਲੇ ਡ੍ਰਿਪ ਕਰਦੀ ਹੈ ਜਦੋਂ ਫੈਟ ਡ੍ਰਿਪ ਕਰਦੀ ਹੈ ਤਾਂ ਥੱਲੇ ਵਾਲੇ ਜਿਹੜਾ ਬਰਨਿੰਗ ਐਲੀਮੈਂਟ ਹੁੰਦਾ ਉਹਦੇ 'ਤੇ ਜਾਂਦੀ ਹੈ ਤਾਂ ਉਹਦੇ ਵਿੱਚੋਂ ਗੈਸਾਂ ਨਿਕਲਦੀਆਂ ਵੈਰੀ ਵੈਰੀ ਡੇਂਜਰਸ ਗੈਸਾਂ ਉਹ ਗੈਸਾਂ ਉੱਪਰ ਉੱਡ ਕੇ ਉਹਦੇ ਮੀਟ ਦੇ ਵਿੱਚ ਸ਼ਾਮਲ ਹੋ ਜਾਂਦੀਆਂ ਸੋ ਜਿਹੜਾ ਉਹ ਮੀਟ ਜਦ ਤੁਸੀਂ ਖਾਂਦੇ ਆ ਬਾਰਬੀਕਿਊ ਕੀਤਾ ਉਹ ਬਹੁਤ ਜ਼ਿਆਦਾ ਅੱਛਾ ਜਿਸ ਤਰ੍ਹਾਂ ਕਿ ਸਿਮਿਲਰਲੀ ਮਾਈਕਰੋਵੇਵ ਮਾਈਕਰੋਵੇਵ ਦਾ ਰਸ਼ੀਆ ਨੇ ਕਾਢ ਕੱਢੀ ਸੀ ਸਭ ਤੋਂ ਫਸਟ ਟਾਈਮ ਵਰਲਡ ਵਾਰ ਟੂ ਕਿਉਂਕਿ ਉਸ ਟਾਈਮ 'ਤੇ ਲਾਈਟਾਂ ਲੂਟਾਂ ਨਹੀਂ ਜਗਾਉਂਦੇ ਆਉਂਦੇ ਸੀ ਜਦੋਂ ਤਾਂ ਉਹਨਾਂ ਨੇ ਕਿਹਾ ਸੀ ਵੀ ਐਸੀ ਚੀਜ਼ ਉੱਚ ਕਿੰਨੀ ਕੱਢੋ ਮਤਲਬ ਬਚਣ ਵਾਸਤੇ ਅਤੇ ਉਹਨਾਂ ਨੇ ਮਾਈਕਰੋਵੇਵ ਦੀ ਕਾਢ ਕੱਢੀ ਸੀ ਉਸ ਥੋੜ੍ਹੇ ਜਿਹੇ ਪੀਰੀਅਡ ਵਾਸਤੇ ਉਹਨਾਂ ਯੂਜ਼ ਕਰਨਾ ਸੀ ਉਹ ਵੀ ਐਮਰਜੈਂਸੀ ਵਿੱਚ ਵੀ ਫੂਡ ਨੂੰ ਗਰਮ ਕਰਨਾ ਤਾਂ ਉਸ ਤੋਂ ਬਾਅਦ ਕੀ ਅਸੀਂ ਕੀ ਕਰਨ ਲੱਗੇ ਅਸੀਂ ਤਾਂ ਉਸ ਚੀਜ਼ ਨੂੰ ਫੜ ਲਿਆ ਉਹਨਾਂ ਚੀਜ਼ ਉਹਨਾਂ ਰਸ਼ੀਆ ਨੇ ਬੰਦ ਕਰਤਾ ਉਸ ਤੋਂ ਬਾਅਦ ਇਟ ਇਜ਼ ਬਾਇਡ ਇਨ ਰਸ਼ੀਆ ਮਾਈਕਰੋਵੇਵ ਯੂਜ਼ ਕਰਨਾ ਅਸੀਂ ਇਹਨੂੰ ਯੂਜ਼ ਕਰਦੇ ਕਿਉਂਕਿ ਇਹ 'ਚ ਅਲਟਰਾ ਵਾਇਲੈਂਟ ਰੇਡੀਏਸ਼ਨ ਹੁੰਦੀ ਯੂ ਵੀ ਏ ਰੇਜ਼ ਹੁੰਦੀ ਤੁਸੀਂ ਕਦੇ ਕੋਈ ਚੀਜ਼ ਗਰਮ ਕਰਕੇ ਦੇਖੋ ਉਹਦੇ 'ਚ ਜੇ ਉਹਦੇ 'ਚ ਪਾਣੀ ਹੋਊਗਾ ਮੈਚਰ ਹੋਊਗੀ ਗਰਮ ਹੋਊਗੀ ਜੇ ਕੋਈ ਸੋਲਿਡ ਹੋਊਗੀ ਲੋਹਾ ਰੱਖਦੇ ਹੋ ਤੁਸੀਂ ਅੱਗ ਲੱਗੂਗੀ ਪਾਣੀ ਦੇ ਜਿਹੜੇ ਮਾਈਕਰੋ ਜਿਹੜੇ ਉਹਦੇ ਛੋਟੇ ਜਿਹੇ ਕਣ ਹੁੰਦੇ ਆ ਹਾਈਡਰੋਜਨ ਅਤੇ ਜਿਹੜਾ ਉਹ ਐਚ ਆ ਉਹਨਾਂ ਦੇ ਜਿਹੜੇ ਪੋਲੈਰਿਟੀ ਚੇਂਜ ਕਰੀ ਜਾਂਦੀ ਹੈ ਫੂਡ ਅੰਦਰੋਂ ਗਰਮ ਹੁੰਦਾ ਬਾਹਰੋਂ ਨਹੀਂ ਗਰਮ ਹੁੰਦਾ ਪਹਿਲਾਂ ਅੰਦਰੋਂ ਗਰਮ ਹੋਊਗਾ ਫਿਰ ਹੌਲੀ ਹੌਲੀ ਹੋ ਕੇ ਬਾਹਰੋਂ ਗਰਮ ਹੁੰਦਾ ਸੋ ਜਦੋਂ ਇਹ ਇੰਨੀ ਵਾਰੀ ਉਹਦੀ ਪੋਲੈਰਿਟੀ ਚੇਂਜ ਹੁੰਦੀ ਆ ਮਾਲੀਕੁਲਸ ਦੀ ਇੰਨੀ ਫਾਸਟ ਇੱਕ ਸੈਕਿੰਡ ਦੇ ਵਿੱਚ ਮਿਲੀਅਨ ਟਾਈਮਜ਼ ਪੋਲੈਰਿਟੀ ਆ ਇਸ ਤਰ੍ਹਾਂ ਚੇਂਜ ਹੁੰਦੀ ਹੈ ਫੂਡ ਬਿਕਮਸ ਪੋਇਜ਼ਨ ਇੱਕ ਲੇਡੀ ਦੀ ਤੁਹਾਨੂੰ ਇਗਜ਼ਾਮਪਲ ਦੱਸਿਆ ਨਰਸ ਸੀ ਆਪਣੇ ਟੋਰਾਂਟੋ ਦੀ ਡਾਕਟਰ ਨੇ ਕਿਹਾ ਸੀ ਵੀ ਭੱਜ ਕੇ ਜਾ ਕੇ ਨਾ ਦੌੜ ਕੇ ਆਪਣਾ ਬਲੱਡ ਲੈ ਕੇ ਆ ਸੀ ਕਰਨਾ ਸੀ ਚੜਾਉਣਾ ਸੀ ਪੇਸ਼ੈਂਟ ਨੂੰ ਉਹ ਆਮ ਤੌਰ 'ਤੇ ਠੰਡੇ ਸਾਰ ਰੱਖਿਆ ਹੁੰਦਾ ਉਹਨਾਂ ਦਾ ਉਹਨਾਂ ਨੇ ਦੇਖਿਆ ਕਿ ਟਾਈਮ ਥੋੜ੍ਹਾ ਉੱਧਰ ਮਰੀਜ਼ ਦੀ ਡੈਥ ਹੋ ਜਾਣੀ ਹੈ ਨਾ ਸ਼ੀਤ ਤੋਂ ਮਾਈਕਰੋਵੇਵ ਦੀ ਗਰਮ ਕਰਕੇ ਫਟਾਫਟ ਲੈ ਕੇ ਦਿੱਤਾ ਡਾਕਟਰ ਨੇ ਉਹਨੂੰ ਮਾਈਕਰੋ ਵਾਲਾ ਬਾਬ ਉਹ ਆਪਣਾ ਬਲੱਡ ਦਿੱਤਾ ਪੇਸ਼ੈਂਟ ਨੂੰ ਪੇਸ਼ੈਂਟ ਦੀ ਇਮੀਡੀਏਟ ਡੈਥ ਹੋਈ ਅਜੇ ਕਿਸੇ ਚੱਲ ਰਿਹਾ ਉਹਦਾ ਜੇ ਇੱਕ ਬਲੱਡ ਇੰਨਾ ਡੇਂਜਰਸ ਹੋ ਸਕਦਾ ਖਤਮ ਹੋ ਸਕਦਾ ਕਿ ਮਾਈਕਰੋਵੇਵ ਸਿਰਫ ਕੁਛ ਸੈਕਿੰਡ ਲਈ ਕੀਤਾ ਸੀਗਾ ਤਾਂ ਆਪਣੀ ਬਾਡੀ ਦੇ ਦੇਖ ਲਓ ਕਿੰਨਾ ਕਰ ਸਕਦਾ ਮਦਦ ਪ੍ਰੈਸ਼ਰ ਕੁੱਕਰ ਕਰਾਜ ਸੀ ਦਾਲਾਂ ਸਬਜ਼ੀਆਂ ਮੀਟ ਸਭ ਪ੍ਰੈਸ਼ਰ ਕੁੱਕਰ 'ਚ ਬਣਾਉਂਦੇ
ਸਕੂਲਾਂ ਕਾਲਜਾਂ ਦੀਆਂ ਬੁੱਕਸ ਦੇ ਵਿੱਚ ਲਿਖਿਆ ਪ੍ਰੈਸ਼ਰ ਕੁੱਕਰ ਨਾ ਕਰੋ, ਬਹੁਤ ਵਧੀਆ ਟਾਈਮ ਘੱਟ ਲੱਗਦਾ, ਬਹੁਤ ਹੈਲਦੀ ਖਾਣਾ ਬਣਦਾ, ਕੁਕਿੰਗ ਬਹੁਤ ਸੋਹਣੀ ਹੁੰਦੀ। ਦੱਸਾਂ ਜੀ ਮੈਂ ਹਮੇਸ਼ਾ ਜਿਹੜੇ ਗੱਲਾਂ ਕਰਕੇ ਆਉਣਾ ਕਿ ਤੁਹਾਡੀਆਂ ਸੋਚਦੇ ਵਿਪਰੀਤ ਹੀ ਕਰਦੀ, ਉਲਟੀ ਹੀ ਓਪੋਜ਼ਿਟ ਹੀ ਕਰਦੀ। ਸੋ ਜਿਹੜਾ ਪ੍ਰੈਸ਼ਰ ਕੁੱਕਰ ਕੀ ਕਰਦਾ, ਫਸਟ ਥਿੰਗ ਇਟ ਇਜ਼ ਮੇਡ ਆਫ ਅਲਮੀਨੀਅਮ। ਤੁਹਾਨੂੰ ਬਹੁਤ ਆਪਣੇ ਲੋਕਾਂ ਨੂੰ ਪਤਾ ਨਹੀਂ ਅਲਮੀਨੀਅਮ ਦਾ ਬਣਿਆ, ਜਿਹੜਾ ਅਲਮੀਨੀਅਮ ਦੀ ਧਾਤ ਆ ਉਹ ਫੂਡ ਵਿੱਚ ਮਿਲ ਜਾਂਦੀ ਹੈ, ਡਿਸੋਲਵ ਹੋ ਜਾਂਦੀ ਹੈ। ਤਾਂ ਅਲਮੀਨੀਅਮ ਦੇ ਨਾਲ ਹੀ ਸਾਡੀਆਂ ਪਾਰਕਿੰਸਨ ਡਿਜ਼ੀਜ਼, ਸਕਿਜ਼ੋਫਰੇਨੀਆ, ਸਾਰੀਆਂ ਮੈਂਟਲ ਬਿਮਾਰੀਆਂ ਇਹ ਅਲਮੀਨੀਅਮ ਕਰਕੇ ਹੀ ਹੁੰਦੀਆਂ। ਸੈਕਿੰਡ ਚੀਜ਼, ਇਹਦੇ 'ਚ ਜਿਹੜਾ ਭੋਜਨ ਕੁੱਕ ਨਹੀਂ ਹੁੰਦਾ, ਗਲਤ ਹੈ। ਹੁਣ ਤੁਸੀਂ ਕਹੋਗੇ ਪਤਾ ਨਹੀਂ ਗੱਲ ਕੀ ਹੈ, ਕੁਕਿੰਗ ਅਤੇ ਗਲਨ ਦੇ ਵਿੱਚ ਲੋਕ ਬਹੁਤ ਵੱਡਾ ਡਿਫਰੈਂਸ। ਕੁੱਕ ਹੁੰਦਾ ਸਲੋਲੀ ਸਲੋਲੀ ਕੈਮੀਕਲ ਰਿਐਕਸ਼ਨ ਹੁੰਦੀ ਹੈ, ਹੀਟ ਜਦੋਂ ਹੀਟ ਅਪ ਹੁੰਦਾ ਕੋਈ ਵੀ ਫੂਡ ਉਹਦੇ 'ਚ ਕੈਮੀਕਲ ਰਿਐਕਸ਼ਨ ਸ਼ੁਰੂ ਹੋ ਜਾਂਦੀ ਹੈ। ਬਟ ਜਦੋਂ ਗਲਨਾ ਹੁੰਦਾ, ਜਦੋਂ ਹਾਈ ਹੀਟ ਔਰ ਪਲੱਸ ਹਾਈ ਪ੍ਰੈਸ਼ਰ ਦੇ ਨਾਲ ਚੀਜ਼ ਗਲ ਜਾਂਦੀ ਹੈ ਪਰ ਕੁੱਕ ਨਹੀਂ ਹੁੰਦਾ। ਸੋ ਅਸੀਂ ਇਹ ਕਹਿੰਦੇ ਛੁੱਟ ਦੀ ਬਾਰੇ ਇਹਨੂੰ ਯੂਜ ਕਰਨਾ, ਸਲੋ ਕੁੱਕਰ ਯੂਜ ਕਰਨਾ। ਹੁਣ ਆਪਾਂ ਜਿਵੇਂ ਕਹਿੰਦੇ ਤਾਂ ਸਾਰੇ ਮਾੜੇ ਗੱਲਾਂ ਕਰ ਲਈਆਂ, ਇਹਦਾ ਅੱਜ ਵੀ ਨਹੀਂ ਕਰਨੀ ਕਰਨੀ ਹੈ ਨਾ। ਹੁਣ ਆਪਾਂ ਚਲੋ ਚੱਲ ਕੰਮ ਦੀਆਂ ਗੱਲਾਂ ਕਰੀਏ ਵੀ ਕੀ ਕੁਛ ਕਰਨਾ, ਕੀ ਕੁਛ ਅਸੀਂ ਸਾਡੇ ਕੋਲ ਕੀ ਆਪਸ਼ਨਸ ਕੀ ਹੈ, ਰਾਈਟ।